ਆਪਸੀ ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਤੇਜਿੰਦਰਪਾਲ ਸਿੰਘ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਯੂਟੀ ਦੇ ਵਿੱਚ, ਖਾਸ ਕਰਕੇ ਜੰਮੂ ਪ੍ਰੋਵਿੰਸ ਦੇ ਵਿੱਚ ਜੋ ਅੱਤਵਾਦੀ ਗਤੀਵਿਧੀਆਂ ਜਿਹੜੀਆਂ ਨੇ ਉਹ ਕਾਫੀ ਵਧੀਆਂ ਹੋਈਆਂ ਨੇ। ਕਿਤੇ ਪਿਲੀਗ੍ਰਿਮਸ ਜਿਹੜੇ ਯਾਤਰੀ ਆਉਂਦੇ ਨੇ, ਜਿਹੜੇ ਕਿ ਤੀਰਥ ਯਾਤਰਾਵਾਂ ਕਰਨ ਲਈ ਆਉਂਦੇ ਨੇ, ਕਿਤੇ ਉਹਨਾਂ ਦੇ ਉੱਤੇ ਅਟੈਕ ਹੋ ਰਿਹਾ, ਕਿਧਰੇ ਜਾ ਕੇ ਕਿਸੇ ਪਿੰਡ ਦੇ ਵਿੱਚ ਅਟੈਕ ਹੋ ਰਿਹਾ। ਜਿਵੇਂ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਠੂਆ ਸਾਂਬਾ ਵਾਲਾ ਇਲਾਕਾ ਜਾਂ ਰਿਆਸੀ ਵਾਲਾ ਇਲਾਕਾ, ਪੁੰਛ ਵਾਲਾ ਇਲਾਕਾ, ਜਗ੍ਹਾ ਜਗ੍ਹਾ 'ਤੇ ਜਿਹੜਾ ਹੈ ਇਹ ਇਸ ਤਰ੍ਹਾਂ ਦੀ ਮਿਲੀਟੈਂਟ ਅਟੈਕਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਹੋ ਰਹੇ ਨੇ। ਇਸੇ ਦੇ ਚਲਦੇ ਜਿਵੇਂ ਕਾਫੀ ਲੋਕ ਜਿਹੜੇ ਜ਼ਖਮੀ ਹੋਏ ਨੇ, ਕਈਆਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ। ਮੈਂ ਸਵੇਰੇ ਅੱਜ ਮੋਬਾਈਲ ਦੇ ਉੱਤੇ ਕੁਝ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ, ਖਾਸ ਕਰਕੇ ਵਟਸਐਪ ਦੇ ਉੱਤੇ ਇੱਕ ਮੈਸੇਜ ਚੱਲ ਰਿਹਾ ਸੀ ਅਲਰਟ ਦਾ, ਜੋ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਨਾਲ ਦੇ ਨਾਲ ਦਿਖਾਵਾਂਗਾ ਵੀ। ਉਸ ਮੈਸੇਜ ਦੇ ਵਿੱਚ ਕੀ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਦਿੰਦਾ। ਉਹਦੇ 'ਚ ਸਭ ਤੋਂ ਉੱਤੇ ਲਿਖਿਆ ਹੋਇਆ ਅਲਰਟ, ਬੜਾ ਵਧੀਆ ਜਿਹਾ ਕਰਕੇ ਕਿਸੇ ਨੇ ਮੈਸੇਜ ਕ੍ਰੀਏਟ ਕੀਤਾ ਹੋਇਆ, ਡਰਾਫਟ ਕਰਕੇ ਉਹਦੀ ਇੱਕ ਪਿਕਚਰ ਬਣਾ ਕੇ ਲਗਾਇਆ ਹੋਇਆ, ਜਿਹਦੇ ਵਿੱਚ ਲਿਖਿਆ ਹੈ ਟੂ ਐਵਰੀ ਵਨ ਫਰੋਮ ਜੰਮੂ ਅਵੋਇਡ ਨਾਈਟ ਆਊਟਿੰਗ ਫਾਰ ਸਮ ਟਾਈਮ। ਕਿ ਵੀ ਮੈਂ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਦੱਸ ਦਿਆਂ ਕਿ ਇਸ ਬੰਦੇ ਨੇ ਇਹ ਲਿਖਿਆ ਹੋਇਆ ਹੈ ਇਸ ਮੈਸੇਜ ਦੇ ਵਿੱਚ, ਮੈਂ ਸਕਰੀਨ 'ਤੇ ਤੁਹਾਨੂੰ ਦਿਖਾ ਰਿਹਾ ਇੰਗਲਿਸ਼ ਦੇ ਵਿੱਚ ਹੈ, ਕਿ ਬਈ ਜੰਮੂ ਦੇ ਲੋਕਾਂ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਰਾਤ ਨੂੰ ਜੰਮੂ ਤੋਂ ਬਾਹਰ ਨਾ ਨਿਕਲੋ, ਜੰਮੂ ਦੇ ਵਿੱਚ ਬਾਹਰ ਨਾ ਨਿਕਲੋ, ਕਿਉਂਕਿ ਪਿਛਲੇ ਦਿਨਾਂ ਦਾ ਕਾਫੀ ਮਾਹੌਲ ਜਿਹੜਾ ਖਰਾਬ ਹੈ। ਔਰ ਲਿਖਿਆ ਹੋਇਆ ਹੈ ਕਿ ਮਾਈਟ ਹੈਵ ਅਦਰ ਹਾਈਡ ਆਊਟਸ ਇਨ ਨੀਅਰ ਬਾਈ ਏਰੀਆਜ਼ ਆਫ ਜੰਮੂ, ਕਿ ਕਿਤੇ ਵੀ ਹਾਈਡ ਆਊਟਸ ਹੋ ਸਕਦੀਆਂ ਨੇ ਮਿਲੀਟੈਂਟਾਂ ਦੀਆਂ ਜਾਂ ਅੱਤਵਾਦੀਆਂ ਦੀਆਂ, ਹੈ ਨਾ। ਤੋ ਇਸ ਦੇ ਨਾਲ ਹੀ ਲਿਖਿਆ ਤਾਂ ਹੈ ਕਿ ਅਗਰ ਕੋਈ ਜੰਮੂ ਦੇ ਵਿੱਚ ਆਉਣ ਦੀ ਪਲੈਨਿੰਗ ਕਰ ਰਿਹਾ, ਜੋ ਬਾਹਰੋਂ ਆਉਂਦੇ ਨੇ ਜਾਂ ਟੂਰਿਸਟ ਹੋ ਗਏ ਜਾਂ ਕੋਈ ਵੀ ਬੰਦੇ ਆਪਣੇ ਕੰਮ ਦੇ ਲਈ ਉੱਥੇ ਆਉਂਦੇ ਨੇ ਜੰਮੂ ਦੇ ਵਿੱਚ, ਕੋਈ ਪੰਜਾਬ ਤੋਂ ਆ ਰਿਹਾ, ਕੋਈ ਹਿਮਾਚਲ ਤੋਂ ਆ ਰਿਹਾ, ਕੋਈ ਦਿੱਲੀ ਤੋਂ ਆ ਰਿਹਾ ਜਾਂ ਬਾਹਰ ਦੀਆਂ ਕਿਸੇ ਵੀ ਸਟੇਟ ਦੇ ਵਿੱਚੋਂ ਆ ਰਿਹਾ, ਉਹਨਾਂ ਦੇ ਇਸ ਲਈ ਸਪੈਸ਼ਲ ਇੱਕ ਲਾਈਨ ਲਿਖੀ ਹੋਈ ਹੈ ਕਿ ਐਨੀਵਨ ਪਲੈਨਿੰਗ ਟੂ ਕਮ ਟੂ ਜੰਮੂ ਪੋਸਟਪੋਨ ਯੂਅਰ ਪਲੈਨ ਟਿਲ ਸਿਚੁਏਸ਼ਨ ਇਜ਼ ਨੋਰਮਲਾਈਜ਼। ਵਰਡਸ ਯੂਜ਼ ਕੀਤੇ ਹੋਏ ਨੇ ਕਿ ਸਿਚੁਏਸ਼ਨ ਜਦ ਤੱਕ ਨੋਰਮਲ ਨਹੀਂ ਹੋ ਜਾਂਦੀ, ਅਸੀਂ ਵੀ ਜੰਮੂ ਦੇ ਵਿੱਚ ਹੀ ਵਿਚਰ ਰਹੇ ਹਾਂ, ਇਸੇ ਇਲਾਕਿਆਂ ਦੇ ਵਿੱਚ ਘੁੰਮ ਫਿਰ ਰਹੇ ਹਾਂ, ਮਗਰ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਅਨਨੋਰਮਲਸੀ ਜਾਂ ਕਹਿ ਸਕਦੇ ਹਾਂ ਕਿ ਬੜੀ ਕੋਈ ਐਸੀ ਕੋਈ ਕ੍ਰਿਟੀਕਲ ਸਿਚੁਏਸ਼ਨ ਦਿਖਾਈ ਨਹੀਂ ਦਿੱਤੀ। ਤੋ ਸਾਰਿਆਂ ਨੂੰ ਹਿਦਾਇਤ ਹੈ ਕਿ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਇਹਨਾਂ ਦੇ ਉੱਤੋਂ ਤੁਸੀਂ ਇਹਨਾਂ ਕੋਲੋਂ ਗੁਰੇਜ਼ ਕਰੋ, ਇਹਨਾਂ ਨੂੰ ਇਹਨਾਂ ਦੇ ਉੱਤੇ ਐਡੀ ਛੇਤੀ ਜਿਹੜਾ ਹੈ ਵਿਸ਼ਵਾਸ ਨਾ ਕਰੋ, ਕਿਉਂਕਿ ਇਹ ਰਿਊਮਰਸ ਨੇ, ਇਹ ਫੈਲਾਏ ਜਾ ਰਹੇ ਨੇ। ਖਾਸ ਕਰਕੇ ਇਸ ਮੈਸੇਜ ਦੇ ਵਿੱਚ ਲਿਖਿਆ ਅਕੋਰਡਿੰਗ ਟੂ ਰਿਪੋਰਟਸ, ਪਰ ਕਿਹੜੀਆਂ ਰਿਪੋਰਟਸ ਉਹ ਇੱਥੇ ਮੈਨਸ਼ਨ ਨਹੀਂ ਕੀਤਾ ਹੋਇਆ। ਆਲਮੋਸਟ 100 ਮਿਲੀਟੈਂਟਸ ਹੈਵ ਇਨਫਿਲਟ੍ਰੇਟ, ਕਿ ਕਰੀਬ ਕਰੀਬ 100 ਦੇ ਕਰੀਬ ਕਰੀਬ ਜਿਹੜੇ ਮਿਲੀਟੈਂਟਸ ਨੇ, ਅੱਤਵਾਦੀ ਨੇ, ਉਹਨਾਂ ਨੇ ਬਾਰਡਰ ਤੋਂ ਕ੍ਰੋਸ ਕਰ ਲਿਆ ਹੋਇਆ, ਔਰ ਤੁਸੀਂ ਜਿਹੜਾ ਹੈ ਜੀ ਜਿੰਨੀ ਦੇਰ ਨੋਰਮਲ ਸਿਚੁਏਸ਼ਨਸ ਜੰਮੂ ਅਤੇ ਕਸ਼ਮੀਰ ਦੇ ਵਿੱਚ ਨਹੀਂ ਹੁੰਦੀਆਂ, ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਟਰੈਵਲ ਨਾ ਕਰੋ। ਔਰ ਇਹ ਬਹੁਤ ਵੱਡਾ ਗਲਤ ਮੈਸੇਜ ਜਿਹੜਾ ਹੈ ਲੋਕਾਂ ਦੇ ਵਿੱਚ ਫੈਲਾਇਆ ਜਾ ਰਿਹਾ, ਫੀਅਰ ਮੋਂਗਰਿੰਗ ਕੀਤੀ ਜਾ ਰਹੀ। ਔਰ ਇਹ ਤੁਹਾਨੂੰ ਦੱਸ ਦਈਏ, ਜੇਕਰ ਅੱਤਵਾਦ ਯਾਨੀ ਕਿ ਟੈਰਰ ਫੈਲਾਉਣਾ ਅਗਰ ਗੁਨਾਹ ਹੈ, ਤਾਂ ਇਸ ਤਰ੍ਹਾਂ ਦੇ ਮੈਸੇਜ ਪਾ ਕੇ ਫੀਅਰ ਮੋਂਗਰਿੰਗ ਕਰਨਾ ਵੀ ਬਹੁਤ ਵੱਡਾ ਜੁਰਮ ਹੈ, ਇਹਦੀ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ। ਤੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਮੈਸੇਜਿਸ ਨੂੰ ਜੇ ਤੁਹਾਡੇ ਤੱਕ ਇਹੋ ਜਿਹੇ ਮੈਸੇਜ ਪਹੁੰਚਦੇ ਨੇ, ਤਾਂ ਇਹਨਾਂ ਨੂੰ ਸਿਰਫ ਪੜ੍ਹ ਕੇ ਅਤੇ ਨਜ਼ਰਅੰਦਾਜ਼ ਕਰੋ, ਜਾਂ ਫਿਰ
ਕਿਸੇ ਆਪਣੇ ਨਜ਼ਦੀਕੀ ਜਾਣਕਾਰ ਜੋ ਵੀ ਕੋਈ ਆਫੀਸ਼ੀਅਲਸ ਨੇ, ਚਾਹੇ ਉਹ ਪੁਲਿਸ ਦੇ ਨੇ ਜਾਂ ਕੋਈ ਐਡਮਿਨਿਸਟ੍ਰੇਟਿਵ ਆਫੀਸਰ ਨੇ, ਉਹਨਾਂ ਤੱਕ ਪਹੁੰਚ ਕਰੋ ਕਿ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਉਹ ਫੈਲ ਰਹੇ ਨੇ, ਜਦ ਤੱਕ ਕਿ ਕੋਈ, ਕਿਉਂਕਿ ਸਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਜੋ ਰਾਬਤਾ ਕੀਤਾ ਗਿਆ ਜਦੋਂ ਅੱਜ ਸਵੇਰੇ, ਤਾਂ ਉਹਨਾਂ ਨੇ ਕਿਹਾ ਕਿ ਇਹ ਐਸੀ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਜਦ ਤੱਕ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਜਾਂਦੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਆਉਣਾ ਹੈ ਜਾਂ ਨਹੀਂ ਆਉਣਾ, ਤਦ ਤੱਕ ਤੁਸੀਂ ਇਸ ਤਰ੍ਹਾਂ ਦੇ ਫੀਅਰ ਮੌਂਗਰਿੰਗ ਮੈਸੇਜਿਸ ਯਾਨੀ ਕਿ ਫੇਕ ਰਿਊਮਰਸ ਜਿਹੜੇ ਫੈਲਾਏ ਜਾ ਰਹੇ ਨੇ ਇੱਕ ਦਹਿਸ਼ਤ ਫੈਲਾਉਣ ਦੇ, ਇਹਨਾਂ ਦੇ ਉੱਤੋਂ ਇਹਨਾਂ ਦੇ ਉੱਪਰ ਤੁਸੀਂ ਬਿਲਕੁਲ ਵੀ ਯਕੀਨ ਨਾ ਕਰੋ। ਔਰ ਇਹੋ ਜਿਹੇ ਮੈਸੇਜ ਜੇ ਤੁਹਾਡੇ ਤੱਕ ਪਹੁੰਚ ਕਰਦੇ ਨੇ ਤਾਂ ਇਹਨਾਂ ਨੂੰ ਅੱਗੇ ਵੀ ਫਾਰਵਰਡ ਨਾ ਕਰੋ, ਕਿਉਂਕਿ ਇਹਨਾਂ ਮੈਸੇਜਾਂ ਨੂੰ ਬਣਾਉਣ ਵਾਲਾ ਜਿੰਨਾ ਜੁਰਮ ਉਹਦੇ ਉੱਤੇ ਬਣਦਾ ਹੈ ਉਨਾ ਹੀ ਫਾਰਵਰਡ ਕਰਨ ਵਾਲੇ ਦੇ ਉੱਤੇ ਵੀ ਬਣਦਾ ਹੈ। ਤਾਂ ਕਿਰਪਾ ਕਰਕੇ ਬੇਨਤੀ ਹੈ ਆਪਸੀ ਸਾਇੰਸ ਟੀ ਵੀ ਦੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਜੰਮੂ ਅਤੇ ਜੰਮੂ ਤੋਂ ਬਾਹਰ ਰਹਿਣ ਵਾਲੇ ਜਿਤਨੇ ਵੀ ਲੋਕ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਐਸੀ ਕੋਈ ਵੀ ਸਿਚੁਏਸ਼ਨ ਨਹੀਂ ਹੈ ਜਿਸ ਤਰੀਕੇ ਦਾ ਇਹੋ ਜਿਹੇ ਮੈਸੇਜਾਂ ਦੇ ਵਿੱਚ ਲਿਖਿਆ ਹੋਇਆ। ਮੈਸੇਜ ਮੈਂ ਨਾਲ ਦੇ ਨਾਲ ਡਿਸਪਲੇ ਕੀਤਾ ਹੈ ਔਰ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਦੇ ਉੱਤੇ ਜੋ ਕੀਤਾ ਗਿਆ ਹੈ, ਟਿੱਪਣੀ ਕੀਤੀ ਗਈ ਹੈ ਉਹਦੇ ਵਾਸਤੇ, ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿਆਂਗਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹੋ ਜਿਹੇ ਮੈਸੇਜਾਂ ਤੋਂ ਗੁਰੇਜ਼ ਕਰੋ, ਨਾ ਇਹਨਾਂ ਨੂੰ ਫਾਰਵਰਡ ਕਰੋ ਅਤੇ ਨਾ ਹੀ ਇਹਨਾਂ ਦੇ ਉੱਤੇ ਇੰਨੀ ਛੇਤੀ ਯਕੀਨ ਕਰੋ ਜਦ ਤੱਕ ਕਿ ਕੋਈ ਆਫੀਸ਼ੀਅਲ ਸਟੇਟਮੈਂਟ, ਚਾਹੇ ਉਹ ਪੁਲਿਸ ਪ੍ਰਸ਼ਾਸਨ ਦੀ ਹੋਵੇ ਜਾਂ ਫਿਰ ਕਿਸੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਹੋਵੇ, ਜਦ ਤੱਕ ਉਹ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ ਤਦ ਤੱਕ ਇਹਨਾਂ ਦੇ ਉੱਤੇ ਜਿਹੜਾ ਹੈ ਯਕੀਨ ਨਾ ਕਰੋ। ਤੋ ਆਪਸੀ ਸਾਇੰਸ ਟੀ ਵੀ ਦੇ ਸਾਰੇ ਦਰਸ਼ਕਾਂ ਨੂੰ ਫਿਰ ਤੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਕੋਈ ਵੀ ਐਸੇ ਮੈਸੇਜ ਜਿਹੜੇ ਨੇ ਇਹ ਬਿਲਕੁਲ ਫੇਕ ਨੇ, ਇਹ ਬਿਲਕੁਲ ਸਹੀ ਨਹੀਂ ਨੇ। ਦੇਖਦੇ ਰਹੋ ਆਪਸੀ ਸਾਇੰਸ ਟੀ ਵੀ, ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ, ਧੰਨਵਾਦ ਜੀ।